ਮੇਰੇ ਪਿੰਡ ਦਾ ਮੈਂ ਆ ਵੀ ਮੈਂ ਟੀਵੀ ਤੇ ਚੱਲੀ ਨਾ ਜੇ ਭੱਜੇ ਸਾਰੇ ਉਹਨੇ ਮਲਾਇਆ ਨੂੰ ਭਾ ਗਏ ਗੱਲ ਕਰਨੀ ਹੈ ਤਾਂ ਮੋਬਾਈਲ ਪਾਓ ਜੇ ਭੱਜ ਮੈਨੂੰ ਆਸ ਡੱਬੀ ਹੈ ਕਿ ਨਹੀਂ ਬੰਦਾ ਥੋੜੀ ਖਾਤਰ ਖੜਾ ਉਹ ਡੱਬੀ ਤਾਂ ਮੰਗਾ ਲਓ ਉਹ ਡੱਬੀ ਦਾ ਭਰਾ ਨਹੀਂ ਨਾ ਤੇਰੇ ਕੋਲ ਯਾਰ ਫੜ ਲੂ ਕੋਈ ਨਾ ਕੋਈ ਆ ਲਓ ਬਾਈ ਲਾਓ ਅੱਗ ਇਲੈਕਟ੍ਰਿਕ ਰੂਪ ਚ ਦੇਖ ਲੈ ਅੱਗ ਲਾਓ ਜੀ ਵੀ ਅਸੀਂ ਕੋਈ ਤੇ ਬੰਦਾ ਮੈਸੇਜ ਕਰਦੇ ਆ ਵੀ ਕੋਈ ਮੈਸੇਜ ਨਹੀਂ ਮੈਂ ਫੜ ਲਵਾਂ ਜੀ ਯਾਰ ਸਾਨੂੰ ਕਰ ਲਾ ਇੱਕ ਮਿੰਟ ਵੀਡੀਓ ਬਣਾ ਲਓ ਸਾਨੂੰ ਮਜਬੂਰ ਕੀਤਾ ਜਾ ਰਿਹਾ ਆਪਾਂ ਮਤਲਬ ਡੀਸੀ ਸਾਹਿਬ ਨੂੰ ਅਸੀਂ ਫੋਨ ਕਰ ਲਏ ਡੀਸੀ ਸਾਹਿਬ ਨਹੀਂ ਆ ਰਹੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਫਿਰ ਤੁਸੀਂ ਆਪਦੇ ਅੱਗ ਲਾਓ ਆਪਦਾ ਕੰਮ ਕਰਕੇ ਡੀਸੀ ਸਾਹਿਬ ਨੂੰ ਖੜੇ ਕਰ ਦੇਣਗੇ ਦੇਖੀ ਬੜਾ ਹੋਈ ਸ਼ਹਿਰ ਤੇ ਕੀ ਬਣਾਉਣਾ ਤੂੰ ਨਾ ਹੀ ਹੋਇਆ ਬਾਈ ਵੀ ਨਾਲ ਆਏ ਹਰਜ ਹਿੰਮਤ ਹੀ ਚਲਾ ਲਿਆ ਮਾਰੇ ਸੀ ਇੱਕ ਮਿੰਟ ਗੱਲ ਸੁਣ ਹੁਣ ਜਿੰਨਾ ਚਿਰ ਡੱਬੀ ਫੜਾ ਗੱਡੀ ਫੜਾ ਉਹ ਡੱਬੀ ਫੜਾ ਕੇ ਪਾਸ ਹੋ ਯਾਰ ਡੱਬੀ ਫੜਾ ਬੈਠ ਗਈ ਬੈਠ ਗਈ ਦਲਵਾ ਪੱਲੀਆਂ ਲਿਆ ਕੇ ਚੱਕੋ ਤੇ ਤੂੰ ਅੱਗ ਲਾ ਦੇਗਾ ਦੋ ਮਿੰਟ ਦਾ ਕੰਮ ਤੂੰ ਅੱਗੇ ਚੱਲ ਗੱਡੀ ਦਾ ਤੋਰ ਗਿਆ ਕਿਉਂ ਨੀ ਲਾ ਸਕਦਾ ਤੁਸੀਂ ਭਜਾ ਕਿਉਂ ਸਕਦੇ ਹੋ ਤੁਸੀਂ ਭਜਾ ਕਿਉਂ ਸਕਦੇ ਹੋ ਤੇ ਫੇਵਰੇਟ ਤਾਂ ਨਹੀਂ ਤੇ ਲੁੰਗ ਲਾਉਂ ਲੈ ਕੇ ਤਾਂ ਜੇ ਨਾ ਅਸੀਂ ਉਹਦੇ ਤੂੰ ਕੱਪੜੇ ਦਵਾ ਲੈ ਜੇ ਅਸੀਂ ਨਾ ਆਉਂਦੇ ਤੂੰ ਦਵਾ ਲਿਆ ਸੀ ਇਹ ਆ ਕੇ ਤੂੰ ਅੱਗ ਲਵਾਵਾਂਗੇ ਨੀ ਜਾਣ ਦੇ ਅੱਗ ਲਵਾਵਾਂਗੇ ਨੀ ਜਾਣ ਦੇ ਤੈਨੂੰ ਲਾਲੇ ਲਾਲੇ ਨੂੰ ਫੜਾ ਕੀ ਧੱਕੇ ਨਾਲ ਲਵਾਇਆ ਧੱਕੇ ਨਾਲ ਆ ਦੇਖੋ ਭਾਈ ਅੱਗ ਬੁਝਾਉਣ ਵਾਲੇ ਆਏ ਸੀ ਅੱਗ ਇਹਨਾਂ ਤੋਂ ਲਵਾਈ ਹੈ ਅੱਗ ਬੁਝਾਉਣ ਵਾਲੇ ਆਏ ਸੀ ਅੱਗ ਲਵਾਈ ਇਹਨਾਂ ਤੋਂ ਖੜ ਜਾ ਮਿੰਦਰਾ ਅਸੀਂ ਆਪ ਖੁਦ ਕੋਲੇ ਖੜ ਕੇ ਅੱਗ ਲਾ ਕੇ ਆ ਦੇਖੋ ਇਹ ਅੱਗ ਬੁਝਾਉਣ ਆਏ ਸੀ ਬਾਈ ਖੁਦ ਅੱਗ ਲਾਈ ਇਹਨਾਂ ਨੇ ਕਿਸਾਨਾਂ ਅੱਗੇ ਇੱਕ ਪ੍ਰਸ਼ਾਸਨ ਕੋ ਗਿਆ ਜਮਾ ਅੱਗ ਬੰਗ ਹੋ ਗਈ
ਪਿੱਛੇ ਹੋ ਜਾਣ ਬੱਚਣਾ ਮਤ ਜੋ ਭਾਈ ਦੀ ਨਾਲ ਲੜਿਆ ਜੋ ਧੰਨਵਾਦ।